ਅੱਜ ਦੀਆਂ ਅਖਬਾਰਾਂ ਦੇ ਵਿੱਚ 12ਵੀਂ ਦੇ ਹਿਸਟਰੀ ਦੇ ਸਿਲੇਬਸ ਨੂੰ ਲੈ ਕੇ ਜਿਹੜਾ ਵਿਵਾਦ ਕੁਛ ਦਿਨ ਪਹਿਲਾਂ ਸ਼ੁਰੂ ਹੋਇਆ ਸੀ, ਅੱਜ ਪ੍ਰਮੁੱਖ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਹੈ ਕਿ ਕਮੇਟੀ ਜਿਹੜੀ ਓਵਰਸਾਈਟ ਕਮੇਟੀ ਸਰਕਾਰ ਨੇ 6 ਮੈਂਬਰੀ ਬਣਾਈ ਸੀ, ਉਹਨਾਂ ਹਿਸਟੋਰੀਅਨਸ ਨੇ 12ਵੀਂ ਕਲਾਸ ਦੀ ਵੀ ਅਤੇ 11ਵੀਂ ਕਲਾਸ ਦੀ ਵੀ ਕਿਤਾਬ ਜਿਹੜੀ ਹੈ ਉਹਨੂੰ ਰੱਦ ਕਰ ਦਿੱਤਾ। ਔਰ ਇਸ ਸਾਲ ਹਾਲੇ ਪੁਰਾਣਾ ਸਿਲੇਬਸ ਜਿਹੜਾ ਪੁਰਾਣੀਆਂ ਕਿਤਾਬਾਂ ਦੇ ਮੁਤਾਬਕ ਪੜ੍ਹਾਉਣ ਦਾ ਫੈਸਲਾ ਕੀਤਾ। ਮੈਂ ਸਮਝਦਾ ਕਿ ਕਮੇਟੀ ਦੇ ਇਸ ਫੈਸਲੇ ਦੇ ਨਾਲ ਜਿਹੜਾ ਅੱਜ ਵੱਖ ਵੱਖ ਅਖਬਾਰਾਂ ਦੇ ਵਿੱਚ ਜਿਹੜਾ ਜ਼ਿਕਰ ਆਇਆ, ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਟੈਂਡ ਹੈ ਉਹਦੀ ਪੁਸ਼ਟੀ ਹੋਈ। ਇਹੀ ਗੱਲ ਮੈਂ ਆਪਣੀ ਚਿੱਠੀ ਦੇ ਵਿੱਚ ਉਸ ਵੇਲੇ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਸੀ ਕਿ ਇਹ ਕਿਤਾਬਾਂ ਬੱਚਿਆਂ ਨੂੰ ਪੜ੍ਹਾਉਣ ਦੇ ਯੋਗ ਨਹੀਂ, ਜਿਸ ਤਰੀਕੇ ਸਿਲੇਬਸ ਤਬਦੀਲ ਕੀਤਾ ਗਿਆ ਇੱਕ ਬਹੁਤ ਵੱਡੀ ਸਾਜਿਸ਼ ਹੈ। ਪਰ ਉਸ ਵੇਲੇ ਸਰਕਾਰ ਨੇ ਇਹ ਅੜੀਅਲ ਰਵੱਈਆ ਅਪਣਾ ਲਿਆ ਸੀ ਕਿ ਇੱਕ ਵੀ ਅੱਖਰ ਨਹੀਂ ਬਦਲਿਆ ਗਿਆ। ਅੱਜ ਹੁਣ ਜਿਹੜੀ ਵਿਦਵਾਨਾਂ ਦੀ, ਹਿਸਟੋਰੀਅਨ ਦੀ, ਸਰਕਾਰ ਦੀ ਬਣਾਈ ਹੋਈ ਕਮੇਟੀ ਹੈ, ਉਹਨੇ ਮੇਰੀ ਉਸ ਵੇਲੇ ਦੀ ਕਹੀ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਦੇ ਉੱਤੇ ਆਪਣੀ ਮੋਹਰ ਲਾ ਦਿੱਤੀ। ਮੈਂ ਸਮਝਦਾ ਕਿ ਇਸ ਫੈਸਲੇ ਦੇ ਨਾਲ ਜਿਹੜੀ ਵੱਡੀ ਸਾਜਿਸ਼ ਸੀ ਉਹ ਬੇਨਕਾਬ ਵੀ ਹੋਈ ਹੈ ਔਰ ਉਹਦੇ ਉੱਤੇ ਜਿਹੜੀ ਹੈ ਰੋਕ ਵੀ ਲੱਗੀ। ਔਰ ਮੈਂ ਆਸ ਕਰਦਾ ਕਿ ਵਿਦਵਾਨਾਂ ਦੀ, ਹਿਸਟੋਰੀਅਨ ਦੀ ਇਹ ਕਮੇਟੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਲਾਸਾਂ ਦਾ ਸਿਲੇਬਸ ਜਿਹੜਾ ਰਿਵਾਈਜ਼ ਕਰਕੇ ਵਧੀਆ ਕਿਤਾਬ ਬਣਾਏਗੀ ਔਰ ਬੱਚੇ ਜਿਹੜਾ ਇਤਿਹਾਸ ਨੂੰ ਅੱਛੀ ਤਰ੍ਹਾਂ ਸਮਝ ਸਕਣਗੇ। ਮੈਂ ਸਰਕਾਰ ਨੂੰ ਵੀ ਅਪੀਲ ਕਰਨਾ ਕਿ ਅੱਗੇ ਤੋਂ ਬਿਨਾਂ ਤੱਥਾਂ ਨੂੰ ਜਾਣਿਆ ਸਰਕਾਰ ਨੂੰ ਝੂਠਾ ਸਟੈਂਡ ਨਹੀਂ ਲੈਣਾ ਚਾਹੀਦਾ, ਜਿਹਨੂੰ ਕਿ ਸਰਕਾਰ ਬਾਅਦ ਦੇ ਵਿੱਚ ਡਿਫੈਂਡ ਨਾ ਕਰ ਸਕੇ। ਜੇ ਪਹਿਲੇ ਦਿਨ ਹੀ ਗਲਤੀ ਮੰਨ ਲਈ ਜਾਂਦੀ ਤਾਂ ਸ਼ਾਇਦ ਅੱਜ ਸਰਕਾਰ ਨੂੰ ਇਸ ਨਮੋਸ਼ੀ ਦਾ ਸਾਹਮਣਾ ਨਾ ਕਰਨਾ।